राधा स्वामी जी ये साखी डेरे के एक पक्के सेवादार ने सुनाई है, जिसमें उन्होंने खुलकर गुरु की महिमा का जिक्र किया है। ये साखी डेरे की किताबों में भी दर्ज है। ये साखी बाबा जी चरण सिंह जी महाराज के समय की है। जरूर सुने और शेयर करे। उन्होंने जी जो निचोड़ कढ़ के गल दा दस्या ना जी, ओ कहिंदे वेखो जिहड़े साडे संत सतगुरु है ना, ये कुल मालक ने, ये आम इंसान ने। ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਉਹ ਇਹ ਕਹਿੰਦੇ ਵੀ ਚੋਲੇ ਕਿਸੇ ਵਿੱਚ ਵੀ ਹੋਣ, ਸੰਗਤ ਨਾਲ ਵਾਇਦਾ ਜੋ ਵੀ ਕਰਨ, ਇਹ ਚੋਲਾ ਬਦਲ ਕੇ ਵੀ ਆਪਣਾ ਜਿਹੜਾ ਨਿਭਾਉਂਦੇ ਨੇ। ਮੈਂ ਕਿਹਾ ਦੱਸੋ ਫਿਰ ਕੋਈ ਮਿਸਾਲ। ਕਹਿਣ ਲੱਗੇ ਵੀ ਕਹਿੰਦੇ ਮੈਨੂੰ ਉਹਨਾਂ ਸਾਹਮਣੇ ਨਾ ਚੰਗੀਆਂ ਫੋਟੋਆਂ ਲੱਗੀਆਂ ਸੀ। ਕਹਿਣ ਲੱਗੇ ਮੈਂ ਨਾ ਵਿਚਕਾਰਿਆਂ ਨੇ ਮੇਰੇ ਤੇ ਦਇਆ ਕੀਤੀ ਹੈ, ਸਰਦਾਰ ਬਹਾਦਰ ਜੀ ਮਹਾਰਾਜ ਉਹਨਾਂ ਇਸ਼ਾਰਾ ਸੀ। ਕਹਿੰਦੇ ਉਹਨਾਂ ਕੋਲੋਂ ਮੈਨੂੰ ਨਾਮ ਦਾਨ ਦੀ ਬਖਸ਼ਿਸ਼ ਹੋਈ ਤੇ ਉਦੋਂ ਕਹਿੰਦੇ ਮੇਰੀ ਉਮਰ ਨਾ 26 ਸਾਲ ਸੀ ਤੇ ਮੈਂ ਕਦੇ ਤੁਰਿਆ ਜਾਵਾਂ ਤੇ ਮੇਰਾ ਕਹਿੰਦੇ ਪਿਆਰ ਬੜਾ ਸੀ ਮਹਾਰਾਜ ਜੀ ਨਾਲ। ਅੱਛਾ ਜੀ। ਤੇ ਹੁਣ ਜਿਹਨੂੰ ਕਹਿੰਦੇ ਨਾ ਬਾਬਾ ਜੀ ਸੱਚਖੰਡ ਨਾ ਕਿਆ ਕਰੋ, ਸਤਸੰਗ ਕਰ ਕਿਆ ਕਰੋ, ਨਾਮ ਕਰ ਕਿਆ ਕਰੋ। ਹਾਂਜੀ। ਕਹਿੰਦੇ ਇਹ ਸੱਚਖੰਡ ਹੀ ਅਸੀਂ ਕਿਆ ਕਰਦੇ ਸੀ ਤੇ ਇਹਦੇ ਵਿੱਚ ਬੈਠੇ ਲਾਤੇ ਲਾਤ ਧਰੀ ਹੈ ਤੇ ਸੋਹਣੇ ਬਹੁਤ ਲੱਗਣ। ਹਾਂਜੀ। ਕਹਿੰਦੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਤੁਰਿਆ ਗਿਆ ਥੱਲੇ ਵੀ ਨਾ ਵੇਖਾਂ, ਉੱਧਰ ਹੀ ਵੇਖੀ ਗਿਆ, ਉੱਧਰ ਹੀ ਵੇਖੀ ਗਿਆ। ਅੱਛਾ ਜੀ। ਮੈਨੂੰ ਕਹਿੰਦੇ ਮਲਕੀਤ ਸਿੰਘ ਕੀ ਵੇਖਣਾ ਹੈ? ਅੱਛਾ। ਮੈਂ ਕਿਹਾ ਸੱਚੇ ਪਾਤਸ਼ਾਹ ਦਿਲ ਦੀ ਗੱਲ ਤਾਂ ਇਹ ਹੈ ਕਿ ਤੁਸੀਂ ਨਾ ਮੈਨੂੰ ਸੋਹਣੇ ਬਹੁਤ ਲੱਗਦੇ। ਅੱਛਾ ਜੀ। ਕਹਿੰਦੇ ਫੇਰ ਮੈਂ ਕਿਹਾ ਸੱਚੇ ਪਾਤਸ਼ਾਹ ਚਿਰ ਤਾਂ ਇਹ ਚਾਹੁੰਦਾ ਹੈ ਕਿ ਕੋਈ ਦਿਨ ਐਸਾ ਵੀ ਆਊਗਾ ਇਸੇ ਤਰ੍ਹਾਂ ਇੰਨੇ ਸੋਹਣੇ ਲੱਗਦੇ ਹੋਏ, ਤੁਸੀਂ ਮੈਨੂੰ ਅੰਦਰੋਂ ਵੀ ਦਰਸ਼ਨ ਦਿਓ। ਠੀਕ ਹੈ। ਕਹਿਣ ਲੱਗੇ ਮਲਕੀਤ ਸਿੰਘ ਕੁਛ ਲੈਣ ਦੇ ਵਾਸਤੇ ਕੁਛ ਦੇਣਾ ਪੈਂਦਾ। ਹਾਂਜੀ। ਮੈਂ ਕਿਹਾ ਜੀ ਉਹ ਤਾਂ ਰਿਵਾਇਤ ਹੀ ਹੈ ਦੁਨੀਆ ਦੀ। ਕਹਿੰਦੇ ਫਿਰ ਰਵਾਇਤ ਆਪਾਂ ਨੂੰ ਲਗਾਉਣੀ ਪਊਗੀ, ਕਾਈ ਦੀ ਜਗ੍ਹਾ 5 ਲਾਉਣੇ ਪੈਣਗੇ। ਹਾਂਜੀ। ਤੇ ਹਜ਼ੂਰ ਬਿਆ ਕਰਨਗੇ। ਹਾਂਜੀ। ਮੈਂ ਕਿਹਾ ਸੱਚੇ ਪਾਤਸ਼ਾਹ 2.5 ਦੇ 5 ਵੀ ਤੁਸੀਂ ਲਗਾਉਣੇ ਨੇ। ਹਾਂਜੀ। ਕਹਿੰਦੇ 3 ਮਹੀਨੇ ਤੇਰੀ 5 ਘੰਟਿਆਂ ਦੀ ਰੂਟੀਨ ਬਣਾ ਲਈਏ, ਮਸਲਾ ਹਜ਼ੂਰ ਹੱਲ ਕਰ ਦੇਣਗੇ। ਹਾਂਜੀ। ਮੈਂ ਕਿਹਾ ਸੱਚੇ ਪਾਤਸ਼ਾਹ ਹੁਣ ਗੱਲ ਤਾਂ ਪੱਕੀ ਹੈ ਨਾ? ਹਾਂਜੀ। ਮੈਨੂੰ ਕਹਿੰਦੇ ਲਿਆ ਫੜਾ ਤੇਰੀ ਬਾਂਹ। ਅੱਛਾ। ਕਹਿੰਦੇ ਮੈਂ ਬਾਂਹ ਅੱਗੇ ਕਰਤੀ, ਉਹਨਾਂ ਨੇ ਦੋਨਾਂ ਹੱਥਾਂ ਨਾਲ ਘੁੱਟ ਕੇ ਫੜ ਲਈ। ਕਹਿੰਦੇ ਲੈ ਫਿਰ ਵਕੀਸਾ, ਮੈਂ ਆਪਣਾ ਵਾਅਦਾ ਨਿਭਾਉਂਗਾ ਤੇ ਤੂੰ ਆਪਣਾ ਨਿਭਾ। ਅੱਛਾ। ਕਹਿੰਦੇ ਕੀ ਹੋਇਆ ਜੀ, ਆ ਕੇ ਮੁੜ ਕੇ ਜਦੋਂ ਵੀ ਟਾਈਮ ਲੱਗਣਾ ਬਸ ਸਿਮਰਨ। ਕਹਿੰਦੇ 2 ਮਹੀਨੇ 12 ਦਿਨ ਬਾਅਦ ਬਾਬਾ ਜੀ ਦੀ ਐਸੀ ਦਇਆ ਹੋਈ, ਉਸੇ ਤਰ੍ਹਾਂ ਉਸੇ ਜਗ੍ਹਾ ਤੇ ਬੈਠੇ, ਉਵੇਂ ਬਾਂਹ ਪਕੜੀ, ਉਸੇ ਤਰ੍ਹਾਂ ਆ ਕੇ ਦਰਸ਼ਨ ਨਿਗਾਰ ਦੇ। ਠੀਕ ਹੈ ਜੀ। ਕਹਿੰਦੇ ਮੁੜ ਕੇ ਮੇਰੀ ਰੂਟੀਨ ਬਣ ਗਈ, 5 ਦਿਨੀ 4 ਦਿਨੀ 5 ਦਿਨੀ 4 ਦਿਨੀ ਉਹੀ ਦਰਸ਼ਨ ਹੋਣੇ, ਉਸੇ ਤਰ੍ਹਾਂ ਹੋਣਾ। ਅੱਛਾ ਜੀ। ਕਹਿੰਦੇ 2 ਸਾਲ ਸਿਲਸਿਲਾ ਚੱਲਿਆ, 2 ਸਾਲਾਂ ਮਗਰੋਂ ਇੱਕ ਦਿਨ ਮੈਂ ਫੇਰ ਤੁਰਿਆ ਜਾਵਾਂ, ਉੱਥੇ ਹੀ ਬੈਠੇ ਆਵਾਜ਼ ਮਾਰ ਲਈ। ਹਾਂਜੀ। ਮੈਨੂੰ ਕਹਿੰਦੇ ਮਲਕੀਤ ਸਿੰਘ ਤੇਰੇ ਕੋਲੋਂ ਸੇਵਾ ਬਹੁਤ ਲੈਣੀ ਹੈ। ਹਾਂਜੀ। ਕਰੇਂਗਾ? ਹਾਂਜੀ। ਮੈਂ ਕਿਹਾ ਸੱਚੇ ਪਾਤਸ਼ਾਹ ਜੇ ਲਉਂਗੇ ਤਾਂ ਕਰਾਂਗੇ। ਹਾਂਜੀ। ਕਹਿੰਦੇ ਵੀ ਲੈਣੀ ਹੈ। ਹਾਂਜੀ। ਤੇ ਇੰਨੀ ਗੱਲ ਆ ਕੇ ਕਹਿੰਦੇ ਮੈਂ ਤਾਂ ਚਲੇ ਗਿਆ ਤੇ ਕਹਿੰਦੇ ਪਾਣਾ ਕੁਛ ਹੋਰ ਹੀ ਵਾਪਰ ਗਿਆ। ਹਾਂਜੀ। ਸੱਚੇ ਪਾਤਸ਼ਾਹ ਚੋਲਾ ਛੱਡ ਗਏ? ਹਾਂਜੀ। ਕਹਿੰਦੇ ਜਦੋਂ ਚੋਲਾ ਛੱਡ ਗਏ ਮੈਨੂੰ ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਮੈਂ ਆਖਣਾ ਰੱਬ ਵੀ ਝੂਠ ਮਾਰਦਾ। ਹਾਂਜੀ।
ਰੱਬ ਵੀ ਝੂਠ ਮਾਰਦਾ ਮੈਨੂੰ, ਕਹਿੰਦੇ ਤੈਥੋਂ ਬੜੀ ਸੇਵਾ ਲੈਣੀ ਹੈ, ਬੜੀ ਸੇਵਾ ਲੈਣੀ ਹੈ, ਤੇ ਕੌਲ ਕਰਾਰ ਕਰਕੇ ਤੇ ਆਪ ਤੁਰ ਗਏ, ਰੱਬ ਵੀ ਝੂਠ ਮਾਰਦਾ। ਕਹਿੰਦੇ ਅੱਜ ਤੋਂ ਬਾਅਦ ਮੈਂ ਸਿਮਰਨ ਨਹੀਂ ਕਰਨਾ, ਅੱਜ ਤੋਂ ਬਾਅਦ ਮੈਂ ਸਤਸੰਗ ਤੇ ਨਹੀਂ ਜਾਣਾ, ਮੈਂ ਫੈਸਲਾ ਕਰ ਲਿਆ। ਕਹਿੰਦਾ ਮੇਰਾ ਸਿਮਰਨ ਵੀ ਬੰਦ, ਮੇਰਾ ਸਤਸੰਗ ਵੀ ਬੰਦ। ਕਹਿੰਦੇ ਮੈਂ ਨਾ ਮੁਹੰਮਦ ਬੂਟੇ ਦਾ ਇੱਕ ਬੈਂਸ ਧਰਤੀ ਦੇ ਸਵਰਗ ਵਿੱਚ ਜਿਹੜਾ ਆਉਂਦਾ ਹੈ ਨਾ, ਉਹਨੂੰ ਮੈਂ ਹਰ ਵੇਲੇ ਦੁਹਰਾਇਆ ਕਰਾਂ, ਜਵਾਦ ਜਾਮਨ ਰਮਾ ਦਾ ਕੌਣ ਹੋਸੀ, ਇੱਕ ਯਾਰ ਦਰਦੀ ਸੀ ਉਹ ਵੀ ਨਸ ਗਿਆ, ਸਹੀ ਬੰਦਗੀ ਨਾ ਉਸਨੂੰ ਕਬੂਲ ਮੇਰੀ, ਸਜਦੇ ਕਰਦਿਆਂ ਕਰਦਿਆਂ ਮੱਥੜਾ ਘਸ ਗਿਆ, ਕੀਤੇ ਲੱਖ ਹਜ਼ਾਰ ਤੇ ਕਈ ਤਰਲੇ, ਉਹ ਜਾਨੀ ਇੱਕ ਨਾ ਦਿਲ ਵੀ ਦੱਸ ਗਿਆ, ਮੁਹੰਮਦ ਬੂਟਿਆ ਉਹ ਸੀ ਬੇਪਰਵਾਹ ਸੋਹਣਾ, ਸਾਨੂੰ ਰੋਂਦਿਆਂ ਵੇਖ ਕੇ ਹੱਸ ਗਿਆ। ਬਸ ਕਹਿੰਦੇ ਆਹੀ ਚਾਰ ਲੈਣਾ ਦੁਹਰਾਈ ਜਾਣੀਆਂ ਦੁਹਰਾਈ ਜਾਣੀਆਂ। ਕੀ ਹੋਇਆ, ਤਿੰਨ ਮਹੀਨੇ ਗੁਜ਼ਰ ਗਏ, ਤਿੰਨਾਂ ਮਹੀਨਿਆਂ ਤੋਂ ਇੱਕ ਦਿਨ ਨਾ ਸੁੱਤਾ ਪਿਆ, ਤੜਕੇ ਤਿੰਨ ਦਾ ਟਾਈਮ ਹੈ, ਮੈਨੂੰ ਆ ਕੇ ਸੱਚੇ ਪਾਤਸ਼ਾਹ ਨੇ ਫੇਰ ਬਦਾਰ ਦਿੱਤੇ। ਕਹਿਣ ਲੱਗੇ ਮਲਕੀਤ ਸਿਆਂ, ਇੰਨੀ ਗੱਲ ਜਦੋਂ ਉਹਨਾਂ ਨੇ ਕਹੀ ਨਾ ਤੇ ਮੈਂ ਹੱਥ ਜੋੜੇ ਤੇ ਉਹਨਾਂ ਦਾ ਸਰੂਪ ਪਿੱਛੇ ਹੋ ਗਿਆ ਤੇ ਮਹਾਰਾਜ ਚਰਨ ਸਿੰਘ ਦਾ ਸਰੂਪ ਅੱਗੇ ਆ ਗਿਆ। ਅੱਛਾ ਜੀ। ਕਹਿਣ ਲੱਗੇ ਮਲਕੀਤ ਸਿਆਂ, ਇਹ ਰੂਪ ਵੀ ਮੇਰਾ ਹੀ ਹੈ, ਤੂੰ ਭੁਲੇਖੇ ਵਿੱਚ ਨਾ ਜਾ ਤੇ ਤੂੰ ਸਤਸੰਗ ਜਾਇਆ ਕਰ, ਸਿਮਰਨ ਜਾਰੀ ਕਰ, ਸੇਵਾ ਤੈਥੋਂ ਬਹੁਤ ਲੈਣੀ। ਕਹਿੰਦੇ ਕੀ ਹੋਇਆ ਜੀ, ਦੂਏ ਦਿਨ ਮੈਂ ਸਤਸੰਗ ਤੇ ਜਾਣਾ ਸ਼ੁਰੂ ਕਰ ਦਿੱਤਾ, ਸਿਮਰਨ ਵੀ ਸ਼ੁਰੂ ਕਰ ਦਿੱਤਾ। ਕੋਈ ਜਦੋਂ ਦੋ ਕੁ ਸਾਲ ਗੁਜ਼ਰੇ, ਇੱਕ ਦਿਨ ਇੱਕ ਸੇਵਾਦਾਰ ਆਇਆ, ਕਹਿੰਦਾ ਮਲਕੀਤ ਸਾਹਿਬ ਜੀ ਮਹਾਰਾਜ ਜੀ ਬੁਲਾਉਂਦੇ ਨੇ। ਅੱਛਾ ਜੀ। ਮੈਂ ਗਿਆ ਜਾ ਕੇ ਹੱਥ ਜੋੜ ਕੇ ਜਦੋਂ ਖੜਿਆ ਤੇ ਮੈਨੂੰ ਕਹਿੰਦੇ ਮਲਕੀਤ ਸਿਆਂ, ਤੂੰ ਇਹ ਕਾਰ ਦੀ ਡਰਾਈਵਿੰਗ ਕਰ ਲੈਂਦਾ? ਅੱਛਾ ਜੀ। ਮੈਂ ਕਿਹਾ ਸੱਚੇ ਪਾਤਸ਼ਾਹ ਕਾਰ ਤਾਂ ਨੀ, ਮੈਂ ਜੀਪ ਚਲਾ ਜਾਣਦਾ। ਬੜੀ ਸੇਵਾ ਲੈਣੀ ਔਰ ਦੂਸਰੇ ਚੋਲੇ ਦੇ ਵਿਚ ਬੈਠ ਕੇ 35 ਸਾਲ ਦੇ ਦਾਸ ਕੋਲੋਂ ਏਡੀ ਲੰਬੀ ਸੇਵਾ ਲਈ ਜਾਣਦੀ। ਠੀਕ ਹੈ। ਕਹਿੰਦੇ ਦੇਖੋ, ਵਾਅਦਾ ਇੱਕ ਨੇ ਕੀਤਾ, ਨਿਭਾਇਆ ਦੂਜੇ ਨੇ। ਹਾਂਜੀ। ਕਹਿੰਦੇ ਹੁਣ ਮੈਂ ਤੁਹਾਨੂੰ ਦੱਸਾਂ, ਇਹ ਰੱਬ ਨੇ। ਕਹਿੰਦਾ ਅੱਛਾ ਜੀ। ਉਹ ਕਿਵੇਂ ਜੀ? ਕਹਿੰਦੇ ਸਾਡੇ ਘਰ ਨਾ ਕਾਕਾ ਹੋਇਆ। ਹਾਂਜੀ। ਤੇ ਵੱਡਾ ਕਾਕਾ ਕਹਿੰਦੇ ਅੱਜ ਕੱਲ੍ਹ ਇੰਜੀਨੀਅਰ ਹੈ, ਉਹਦੀ ਉਮਰ ਵੀ 47-48 ਸਾਲ ਹੋ ਗਈ। ਠੀਕ ਹੈ ਜੀ। ਕਹਿੰਦੇ ਉਹ ਨਾ 12 ਸਾਲਾਂ ਦਾ ਹੋ ਗਿਆ ਤੇ ਜਮਾਂਦਰੂ ਗੂੰਗਾ ਸੀ, ਬੋਲਦੇ ਨਾ। ਅੱਛਾ ਜੀ। ਤੇ ਮੈਨੂੰ ਉੱਥੇ ਤੁਹਾਡੇ ਮਾਤਾ ਜੀ ਇੱਕ ਦਿਨ ਕਹਿਣ ਲੱਗੇ, ਤੁਸੀਂ ਨਾ ਮਹਾਰਾਜ ਜੀ ਨੂੰ ਕਿਹੋ ਸਾਡਾ ਕਾਕਾ ਨੀ ਬੋਲ ਕੱਢਤੀ। ਜਦੋਂ ਕਹਿੰਦੇ ਹੋਰ 15 ਦਿਨ ਗੁਜਰੇ, ਮੈਨੂੰ ਕਹਿੰਦੇ ਕਿਹਾ ਸੀ ਮਹਾਰਾਜ ਜੀ ਨੂੰ? ਮੈਂ ਕਿਹਾ ਦੇਖੋ, ਨਾ ਤਾਂ ਮੈਂ ਕਿਹਾ ਤੇ ਨਾ ਹੀ ਮੈਂ ਕਹਿਣਾ, ਤੇਰੀ ਸੁਣ ਕੇ ਤੈਨੂੰ ਬੋਲਣ ਲਾ ਦੂਗਾ ਤੇ ਜਾਣਦਾ ਵੀ ਹੈ।
ਠੀਕ ਹੈ ਜੀ। ਤੇ ਜੇ ਜਾਣਦਾ ਨਹੀਂ ਤੇ ਇਹਨੂੰ ਬੁਲਾ ਵੀ ਨਹੀਂ ਸਕਦਾ, ਇਸ ਵਾਸਤੇ ਮੈਂ ਨਹੀਂ ਹੂੰ ਕਹਿਣਾ। ਠੀਕ ਹੈ। ਕਹਿੰਦੇ ਸ਼ਾਮ ਨੂੰ ਕੀ ਹੋਇਆ, ਮੈਨੂੰ ਮਹਾਰਾਜ ਜੀ ਨੇ ਬੁਲਾਇਆ, ਕਹਿੰਦੇ ਮਲਕੀਤ ਮੈਂ ਜਾ ਖੜਿਆ। ਹਾਂਜੀ। ਮੈਨੂੰ ਕਹਿੰਦੇ ਸੁਬਾ 3 ਵਜੇ ਆ ਜੀ, ਆਪਾਂ ਕਿਤੇ ਜਾਣਾ। ਠੀਕ ਹੈ ਜੀ। ਕਹਿੰਦੇ ਜਦੋਂ ਮੈਂ 2:30 ਵਜੇ ਆ ਕੇ ਗੱਡੀ ਲਾਤੀ, ਕਹਿੰਦੇ ਮੇਰਾ ਇੱਕ ਰੂਟੀਨ ਸੀ ਸਾਰੀ ਜ਼ਿੰਦਗੀ ਦਾ, ਮੈਂ ਕਦੇ ਨੀ ਪੁੱਛਿਆ ਵਰਜੀ ਆਪਾਂ ਕਿੱਥੇ ਜਾਣਾ। ਠੀਕ ਹੈ ਜੀ। ਉਹਨਾਂ ਨੇ ਖੱਬੇ ਹੱਥ ਕਰਤਾ ਖੱਬੇ ਮੋੜਤੀ, ਸੱਜੇ ਕਰਤਾ ਸੱਜੇ ਮੋੜਤੀ, ਸਿੱਧਾ ਹੱਥ ਕਰਤਾ ਸਿੱਧੀ ਤੋਰਤੀ, ਜਿੱਥੇ ਰੋਕਣ ਦਾ ਇਸ਼ਾਰਾ ਦੇਤਾ ਰੋਕਤੀ, ਪੁੱਛਿਆ ਨੀ ਆਪਾਂ ਕਦੇ। ਹਾਂਜੀ। ਕਹਿੰਦੇ ਜਦੋਂ 3 ਵਜੇ ਗੱਡੀ ਦੇਖੇ ਮੇਨ ਗੇਟ ਤੋਂ ਗੱਡੀ ਬਾਹਰ ਹੋਈ, ਤੇ ਮੈਨੂੰ ਕਹਿੰਦੇ ਮਲਕੀਤ ਸਿੰਘ ਆਪਾਂ ਜੈਪੁਰ ਚੱਲਣਾ। ਠੀਕ ਹੈ ਜੀ। ਤੇ ਗੱਡੀ ਨਾ ਜਿਹੜੀ ਸਲੋ ਹੈ ਉਹ ਲਿਮਿਟਡ ਹੋਣੀ ਚਾਹੀਦੀ ਹੈ। ਜਦੋਂ ਮੈਂ ਕੀਤੀ ਨਾ ਹੌਲੀ, ਫਿਰ ਖਿਸਕ ਕੇ ਮੇਰੇ ਨਾਲ ਹੋ ਗਏ, ਜਿਹਦੇ ਤੋਂ ਦੋ ਦੋਸਤ ਨੇੜੇ ਨੇੜੇ ਹੋ ਕੇ ਬਹਿੰਦੇ। ਹਾਂਜੀ। ਕਹਿੰਦੇ ਨੇੜੇ ਹੋ ਕੇ ਕੂਹਣੀ ਮੇਰੇ ਮੋਢੇ ਤੇ ਰੱਖਤੀ, ਮੋਢੇ ਤੇ ਰੱਖ ਕੇ ਕਹਿੰਦੇ ਹੈ ਮਲਕੀਤ ਸਿੰਘ, ਸੁਣਿਆ ਯਾਰ ਤੇਰਾ ਮੁੰਡਾ ਨੀ ਬੋਲਦਾ, ਇਹ ਸੱਚ ਹੈ? ਮੈਂ ਕਿਹਾ ਸੱਚੇ ਪਾਤਸ਼ਾਹ ਸੱਚ ਹੈ। ਕਹਿੰਦੇ ਇੰਨੀ ਦੇਰ ਹੋ ਗਈ ਤੂੰ ਕਦੇ ਨਾਂ ਤਾਂ ਲਿਆ ਨੀ? ਮੈਂ ਕਿਹਾ ਜੀ ਮੈਂ ਨਾਂ ਲੈਣਾ ਵੀ ਨੀ ਗਾ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਕੋਈ ਇਨਸਾਨ ਹੋ, ਤੁਹਾਨੂੰ ਦੱਸਿਆ ਜਾਵੇ, ਤੁਸੀਂ ਰੱਬ ਹੋ ਰੱਬ, ਪਰ ਰੱਬ ਨੂੰ ਕੁਛ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਰੱਬ ਸਭ ਕੁਛ ਜਾਣਦਾ ਹੈ। ਕਹਿੰਦੇ ਅੱਛਾ ਅੱਛਾ, ਜੇ ਤੇਰਾ ਇੰਨਾ ਵਿਸ਼ਵਾਸ ਹੈ ਤਾਂ ਹਜ਼ੂਰ ਜ਼ਰੂਰ ਦਇਆ ਕਰਨਗੇ। ਕਹਿੰਦੇ 9:02 ਹੋਏ ਸੀ, ਮੈਂ ਘੜੀ ਵੇਖੀ ਹੈ। ਅਸੀਂ ਕਹਿੰਦੇ ਗਾਂ ਗੈਬ, ਜਦੋਂ 3 ਦਿਨ ਮੁੜ ਕੇ ਆਏ, ਮੈਂ ਹਜ਼ੂਰ ਨੂੰ ਕੋਠੀ ਛੱਡ ਕੇ ਜਦੋਂ ਘਰ ਗਿਆ ਨਾ, ਮੈਂ ਕੀ ਵੇਖਣਾ, ਉਹ ਸਾਡਾ ਕਾਕਾ ਗੇਟ ਤੇ ਖੜਾ ਤੇ ਆਵਾਜ਼ ਦੇ ਕੇ ਕੀ ਆਦਾ, ਮੰਮਾ ਮੰਮਾ ਡੈਡੀ ਜੀ ਆ ਗਏ। ਅੱਛਾ। ਉਹ ਮੈਂ ਹੈਰਾਨ, ਸਾਡਾ ਮੁੰਡਾ ਭੁੱਲੀ ਜਾਂਦਾ। ਅੱਛਾ। ਕਹਿੰਦੇ ਜਦੋਂ ਗਾਂ ਗਿਆ ਤੇ ਤੁਹਾਡੀ ਮਾਤਾ ਜੀ ਨੇ ਕੀ ਦੱਸਿਆ? ਕਹਿੰਦੇ ਜਦੋਂ ਪਰਸੋਂ ਤੁਸੀਂ ਗਏ ਆ ਨਾ, 9:01 ਤੇ ਮੈਨੂੰ ਪੁੱਛਦਾ, ਕਹਿੰਦੇ ਮੰਮਾ ਮੰਮਾ ਡੈਡੀ ਜੀ ਕਿੱਥੇ ਗਏ ਹੈ? ਅੱਛਾ। ਉਧਰ ਉਹਨਾਂ ਦੇ ਬਚਨ ਸੀ ਹਜ਼ੂਰ ਦਇਆ ਕਰਨਗੇ, ਇੱਧਰ ਮੁੰਡਾ ਬੋਲਣ ਲੱਗ ਪਿਆ। ਕਹਿੰਦੇ ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਰੱਬ ਹੈਗੇ ਕਿ ਨਹੀਂ ਹੈਗੇ, ਦਿਲਾਂ ਦੀਆਂ ਜਾਣਦੇ ਹੈ ਕਿ ਨਹੀਂ ਜਾਣਦੇ? ਕਹਿੰਦੇ ਹੁਣ ਤੁਸੀਂ ਇਹਨਾਂ ਦੀ ਸੁਣੋ। ਸਾਲ ਹੋ ਗਿਆ ਮੇਰੀ ਗੱਲ ਹੋਈ ਨੂੰ, ਸਾਲਕ ਦੀ ਗੱਲ ਹੈ। ਕਹਿੰਦੇ 16 ਦਿਨ ਪਹਿਲਾਂ ਨਾ ਤਿੱਖੜ ਦੁਪਹਿਰ ਲੱਗੀ ਤੇ ਬਾਬਾ ਜੀ ਆ ਗਏ, ਇਹਨਾਂ ਨੇ ਕਹਿੰਦੇ ਆ ਕੇ ਸਾਡੀ ਘੰਟੀ ਦਬਾਤੀ। ਕਹਿੰਦੇ ਮੇਰੀ ਪੋਤਰੀ ਬੈਠੀ ਸੀ ਕੋਲੇ, ਉਹ ਭੱਜ ਕੇ ਗਈ ਹੈ, ਤੇ ਆ ਕੇ ਕਹਿੰਦੀ ਬਾਪੂ ਜੀ ਬਾਬਾ ਜੀ ਆਏ ਹੈ। ਮੈਂ ਕਿਹਾ ਬਾਬਾ ਜੀ ਆਏ ਤੇ ਉਹਨਾਂ ਨੂੰ ਗਾਂ ਲਿਆਓ। ਹਾਂਜੀ। ਕਹਿੰਦੇ ਜਦੋਂ ਆਏ ਸਾਡੇ ਤਖ਼ਤ ਲੱਗਿਆ ਸੀ ਤੇ ਗਾੜੀ ਆ, 4 ਕੁਰਸੀਆਂ ਡਾਹੀਆਂ, ਤੇ ਆ ਕੇ ਨਾ ਬਾਬਾ ਜੀ ਕੁਰਸੀ ਤੇ ਬਹਿ ਗਏ। ਮੈਂ ਕਿਹਾ ਸੱਚੇ ਪਾਤਸ਼ਾਹ ਤੁਸੀਂ ਤਖ਼ਤ ਤੇ ਬੈਠੋ? ਕਹਿੰਦੇ ਨਹੀਂ। ਮੈਂ ਕਿਹਾ ਨਹੀਂ, ਤਖ਼ਤ ਥੋੜੇ ਵਾਸਤੇ। ਕਹਿੰਦੇ ਮੈਂ ਤਾਂ ਮੋਢੇ ਨੂੰ ਫੜ ਕੇ ਤਖ਼ਤ ਤੇ ਬਿਠਾ ਲਿਆ। ਅੱਛਾ। ਜਦੋਂ ਬਿਠਾ ਲਿਆ ਤੇ ਪਾਣੀ ਲਿਆਂਦਾ, ਪਾਣੀ ਪਿਉਣ ਤੋਂ ਬਾਅਦ ਮੈਂ ਪੁੱਛਿਆ, ਮੈਂ ਕਿਹਾ ਸੱਚੇ ਪਾਤਸ਼ਾਹ ਚਾਹ ਲਓਗੇ ਕਿ ਦੁੱਧ? ਕਹਿੰਦੇ ਉਹਨਾਂ ਨੇ ਉਂਗਲ ਅੱਧੀ ਕਰਕੇ ਇਸ਼ਾਰਾ ਕੀਤਾ ਕਿ ਥੋੜੀ ਥੋੜੀ। ਮੈਂ ਪੋਤਰੀ ਨੂੰ ਕਿਹਾ ਬੇਟਾ ਥੋੜੀ ਥੋੜੀ ਚਾਹ ਲਿਆਓ। ਨਾਲ ਕਹਿੰਦੇ ਆ ਬਿਸਕੁਟ ਲਿਆਂਦੇ, ਇੱਕ ਉਹਨਾਂ ਨੇ ਬਿਸਕੁਟ ਲਿਆ, ਥੋੜੀ ਥੋੜੀ ਚਾਹ ਸੀ ਲਈ, ਜਦੋਂ ਲਈ ਪੀ। ਮੈਂ ਕਿਹਾ ਸੱਚੇ ਪਾਤਸ਼ਾਹ ਤਿੱਖੜ ਦੁਪਹਿਰ ਆ ਤੇ ਕਿਵੇਂ ਕਿਵੇਂ ਆਉਣਾ ਹੋਇਆ?
ਕਹਿੰਦੇ ਮਲਕੀਤ ਸਿਆ ਮੈਂ ਤੈਨੂੰ ਇੱਕ ਸੁਨੇਹਾ ਦੇ ਰਿਹਾ ਸੀ। ਮੈਂ ਕਿਹਾ ਜੀ ਦੱਸੋ। ਕਹਿੰਦੇ ਹੁਣ ਤੂੰ ਨਾ ਸਿਮਰਨ ਵੀ ਨਾ ਕਰਿਆ ਕਰ, ਤੇਰਾ ਸਿਮਰਨ ਜਿਹੜਾ ਹੈ ਨਾ ਉਹ ਪੂਰਾ ਹੋ ਚੁੱਕਿਆ। ਅੱਛਾ। ਤੇ ਹੁਣ ਤੂੰ ਭਾਵਾਂ ਸਤਸੰਗ ਵੀ ਨਾ ਜਾਇਆ ਕਰ, ਤੇਰਾ ਸਤਸੰਗ ਵੀ ਅੰਦਰੋਂ ਖੁੱਲ ਚੁੱਕਿਆ। ਠੀਕ ਹੈ। ਮੈਂ ਕਿਹਾ ਸੱਚੇ ਪਾਤਸ਼ਾਹ ਜੇ ਸਿਮਰਨ ਪੂਰਾ ਸਤਸੰਗ ਪੂਰਾ ਤੁਹਾਡੇ ਹਿਸਾਬ ਨਾਲ, ਫਿਰ ਲੈ ਚੱਲੋ ਮੈਨੂੰ ਹੁਣ ਇੱਥੇ, ਮੈਂ ਕਰਨਾ ਕੀ ਹੈ। ਅੱਛਾ। ਕਹਿੰਦੇ ਹਾਂ ਹੋਈ ਸੀ ਹਜ਼ੂਰ ਨਾਲ ਗੱਲ, ਪਰ ਹਲੇ ਸਮਾਂ ਤੇਰਾ ਬਾਕੀ ਹੈ, ਉਹਨੂੰ ਲੈ ਚੱਲਾਂਗੇ ਤੈਨੂੰ। ਠੀਕ। ਮੈਂ ਕਿਹਾ ਸੱਚੇ ਪਾਤਸ਼ਾਹ ਗੱਲ ਤਾਂ ਪੱਕੀ ਹੈ ਨਾ, ਲੈ ਤਾਂ ਚੱਲੋਗੇ ਨਾ। ਠੀਕ ਹੈ। ਕਹਿੰਦੇ ਯਾਰ ਜੇ ਤੈਨੂੰ ਨਹੀਂ ਤਵਾਰ ਤਾਂ ਲਿਆ ਪਕੜਾ ਵਾ। ਮੈਂ ਬਾਂਹ ਜੋ ਗਾਂ ਕੀਤੀ ਉਸੇ ਤਰ੍ਹਾਂ ਘੁੱਟ ਦੇ ਫੜਦੀ ਜਿਵੇਂ 60 ਸਾਲ ਪਹਿਲਾਂ ਫੜੀ ਸੀ ਸੱਚਖੰਡ ਚ। ਠੀਕ ਹੈ ਜੀ। ਔਰ ਬਾਂਹ ਫੜੀ ਖੜੇ ਮੈਨੂੰ ਸਰਦਾਰ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਹੋਏ ਵੀ ਉਹੀ ਮੇਰੀ ਬਾਂਹ ਫੜੀ ਖੜੇ। ਠੀਕ ਹੈ। ਕਹਿੰਦੇ ਹੁਣ ਮੈਨੂੰ ਦੱਸੋ ਇਹਨਾਂ ਨੂੰ ਰੱਬ ਨਾ ਆਖੀਏ, ਦਿਲਾਂ ਦੀਆਂ ਜਾਣਨ ਵਾਲੇ ਨਾ ਆਖੀਏ, ਇੱਕ ਰੂਪ ਚ ਆ ਗਏ ਆ ਦੂਜੇ ਰੂਪ ਚ, 60 ਸਾਲਾਂ ਬਾਅਦ ਵੀ ਆ ਕੇ ਗੱਲ ਉਹੀ ਚਪਾਈ ਜਾਂਦੇ ਆ, ਇਹ ਰੱਬ ਨੇ ਤਾਂ ਫਿਰ ਹੋਰ ਕੀ ਹੈਗੇ। ਬਾਬਾ ਜੀ ਜਿਹੜਾ ਨਾਮ ਦਾਨ ਦੀ ਜੁਗਤੀ ਦੱਸਦੇ ਹੋ, ਅਸਲੀ ਨਾਮ ਹੈ ਨੀ ਜਾਂ ਭਾਈ ਭੁਲੇਖੇ ਚ ਨਾ ਦੇ। ਮੈਂ ਕਿਹਾ ਜੀ ਫਿਰ ਤੁਸੀਂ ਤਾਂ ਮਰਾ ਦੇਵੋਗੇ ਇਹ ਗੱਲ ਖਿਆਸ ਕੀਤਾ। ਕਹਿੰਦੇ ਹਾਂ ਤੁਸੀਂ ਠੋਕ ਕੇ ਕਹਿ ਦਿਆ ਕਰੋ ਵੀ ਬਾਬਾ ਜੀ ਜਿਹੜੀ ਜੁਗਤੀ ਸਮਝਾਉਂਦੇ ਉਹ ਨਾਮ ਦਾਨ ਨਹੀਂ ਹੈਗਾ। ਠੀਕ ਹੈ ਜੀ। ਤੁਸੀਂ ਸੰਗਤ ਨੂੰ ਦੱਸਿਆ ਕਰੋ ਨਾਮ ਅੰਦਰ ਹੈ। ਠੀਕ। ਉਸ ਨਾਮ ਨੂੰ ਬੁਲਾਉਣ ਦੀ ਸੰਤਾਂ ਨੇ ਜੁਗਤੀ ਦੱਸੀ ਆਪਣਾ ਨੂੰ, ਕਿਹੜੀ ਲੈ ਕੇ ਨਾ ਬਹਿ ਜੀ ਵੀ ਸਾਨੂੰ ਨਾਮ ਮਿਲ ਗਿਆ। ਠੀਕ ਹੈ। ਜੁਗਤੀ ਮਿਲੀ ਹੈ, ਨਾਮ ਅੰਦਰ ਹੈ, ਜੁਗਤੀ ਨੂੰ ਕਮਾਉਣ ਦੀ ਕੋਸ਼ਿਸ਼ ਕਰੀਏ, ਆਵਾਜ਼ਾਂ ਮਾਰਨ ਦੀ ਕੋਸ਼ਿਸ਼ ਕਰੀਏ, ਉਹ ਰੱਬ ਹੈ ਸਾਡੇ ਤੇ ਦਇਆ ਕਰਨ ਆਇਆ ਤੇ ਜ਼ਰੂਰ ਕਰੂ। ਸੰਤ ਸਤਿਗੁਰੂ ਰੱਬ ਕਾ ਰੂਪ ਬਣਕਰ ਇਸ ਦੁਨੀਆ ਮੇ ਆਤੇ ਹੈ, ਸਿਰਫ ਹਮ ਜੈਸੇ ਪਾਪੀਓ ਕੋ ਤਾਰਨੇ ਕੇ ਲੀਏ। ਹਮੇ ਭੀ ਚਾਹੀਏ ਕਿ ਸਤਿਗੁਰੂ ਪਰ ਪੂਰਾ ਵਿਸ਼ਵਾਸ ਕਰਕੇ ਭਜਨ ਸਿਮਰਨ ਕਰੇ ਔਰ ਆਪਣੇ ਨਿਜ ਧਾਮ ਪਹੁੰਚੇ। ਅਗਰ ਆਪਕੋ ਇਨ ਸੇਵਾਦਾਰ ਕਾ ਨਾਮ ਪਤਾ ਹੈ ਤੋ ਕਮੈਂਟ ਮੇ ਜ਼ਰੂਰ ਲਿਖਨਾ। ਰਾਧਾ ਸਵਾਮੀ ਜੀ।